ਹੈਲੋ ਸਸ਼੍ਰੀਕਾਲ ਵੈਲਕਮ ਹੈ ਤੁਹਾਡਾ ਸਤਲੁਜ ਆਨਲਾਈਨ ਕਲਾਸਿਸ ਦੇ YouTube ਚੈਨਲ ਉਤੇ ਦੋਸਤੋਂ ਪੀਐਸਟੈਟ ਤੋਂ ਸੰਬੰਧਿਤ ਅਪਡੇਟ ਦੇਣੀ ਸੀ ਕਿ ਪੀਐਸਟੈਟ ਜਿਹੜੀ ਲਾਸਟ ਡੇਟ ਹੈ ਉਹ ਐਕਸਟੈਂਡ ਕਰ ਦਿੱਤੀ ਗਈ ਹੈ ਪੀਐਸਟੈਟ ਦੀ ਲਾਸਟ ਡੇਟ ਹੈ 8 ਦਸੰਬਰ 2021 ਹੋ ਗਈ ਹੈ ਤੇ ਇਸ ਸੰਬੰਧਿਤ ਜੋ ਕਰੈਕਸ਼ਨ ਹੋਊਗੀ ਯਾਨੀ ਤੁਹਾਡੇ ਫਾਰਮ 'ਚ ਕੋਈ ਵੀ ਗਲਤੀ ਹੋ ਜਾਂਦੀ ਹੈ ਜਾਂ ਕੁਝ ਤੁਸੀਂ ਫਿਲ ਕਰਨਾ رہ ਜਾਂਦਾ ਹੈ ਤਾਂ ਤੁਸੀਂ ਆਪਣੇ ਫਾਰਮ 'ਚ ਕਰੈਕਸ਼ਨ 10 ਤਰੀਕ ਤੋਂ ਲੈ ਕੇ 13 ਤਰੀਕ ਤੱਕ ਕਰ ਸਕਦੇ ਆਂ ਪੀਐਸਟ ਦੇ ਐਡਮਿਟ ਕਾਰਡ ਆ 16 ਦਸੰਬਰ ਨੂੰ ਆਉਣਗੇ ਤੇ ਜਿਹੜਾ ਐਗਜ਼ਾਮੀਨੇਸ਼ਨ ਹੈ ਤੁਹਾਡਾ ਪੀਐਸਟ ਦਾ ਜਿਹੜਾ ਐਗਜ਼ਾਮ ਹੈ ਉਹ 24 ਦਸੰਬਰ ਨੂੰ ਹੋਊਗਾ ਯਾਨੀ ਸ਼ੁੱਕਰਵਾਰ ਨੂੰ ਹੈ ਤੁਹਾਡਾ ਐਗਜ਼ਾਮ ਹੋਣੇ ਵਾਲਾ ਹੈ ਦੋਸਤੋ ਇੱਕ ਇੰਪੋਰਟੈਂਟ ਅਪਡੇਟ ਸੀ ਜਿਹੜੇ ਵੀ ਕੈਂਡੀਡੇਟ ਪੀਐਸਟ ਦਾ ਫਾਰਮ ਅਪਲਾਈ ਕਰਨ ਤੋਂ ਰਹਿ ਗਏ ਸੀ ਜਿਹਨਾਂ ਦੀ ਡੇਟ ਜੋ ਹੈ ਨਿਕਲ ਗਈ ਸੀ ਉਹ ਹੁਣ 8 ਤਰੀਕ ਤੱਕ ਜੋ ਹੈ ਆਪਣਾ ਫਾਰਮ ਅਪਲਾਈ ਕਰ ਸਕਦੇ ਆ ਤਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹਰ ਇੱਕ ਈਟੀਟੀ ਕੈਂਡੀਡੇਟ ਜਿਹਨਾਂ ਨੇ ਪੀਐਸਟ ਅਪਲਾਈ ਕਰਨਾ ਹੈ ਉਹਨਾਂ ਤੱਕ ਇਨ ਉਸ ਬੋਝ ਤੇ ਉਹ ਆਪਣਾ ਪੀਐਸਟੈਟ ਅਪਲਾਈ ਕਰ ਸਕਣ ਪੀਐਸਟੈਟ 1 ਔਰ ਪੀਐਸਟੈਟ 2 ਦੋਨੋਂ ਅਪਲਾਈ ਕਰ ਸਕਦੇ ਆ ਪੀਐਸਟੈਟ 1 ਜਿਹੜੇ ਏਟੀਟੀ ਕੀਤੇ ਹੋਏ ਆ ਤੇ ਜਿਹੜੇ ਪੀਐਸਟੈਟ 2 ਜਿਹੜੇ ਬੀএড ਕਰ ਰੱਖੇ ਆ ਕੈਂਡੀਡੇਟ ਉਹ ਅਪਲਾਈ ਕਰ ਸਕਦੇ ਆ ਤਾਂ ਦੋਸਤੋਂ ਇਸੇ ਤੋਂ ਸੰਬੰਧਿਤ ਜਿਹੜਾ ਤੁਹਾਡਾ ਐਗਜ਼ਾਮ ਜੋ ਹੈ 24 ਦਸੰਬਰ ਦਾ ਹੈ ਇਸ ਲਈ ਸਤਲੂਜ਼ ਆਨਲਾਈਨ ਕਲਾਸਿਸ ਦੇ YouTube ਚੈਨਲ ਉੱਪਰ ਇਹ ਦੋਨੋਂ ਜੋ ਹੈ ਚਾਈਲਡ ਪੈਡਾਗੋਜੀ ਯਾਨੀ ਕਿ ਸਾਈਕੋਲੋਜੀ ਦੇ ਜਿਹੜੇ ਇੰਪੋਰਟੈਂਟ ਸਿਧਾਂਤ ਨੇ ਠੀਕ ਹੈ ਅਲੱਗ-ਅਲੱਗ ਮਨੋਵਿਗਿਆਨਿਕ ਨੇ ਉਹਨਾਂ ਦੀ ਜਿਹੜੀ ਵੀਡੀਓ ਕਲਾਸਿਸ ਜੋ ਹੈ ਅਪਲੋਡ ਕੀਤੀ ਜਾਣਗੀਆਂ ਤੇ ਨਾਲ ای وی ایس ਦੇ ਜਿਹੜੇ ਟੌਪਿਕ ਨੇ ਮੇਨ ਜੋ ਐਗਜ਼ਾਮ ਵਿੱਚ ਆਏ ਨੇ ਪਿੱਛੇ ਉਹ ਵੀ ਅਪਲੋਡ ਕੀਤੇ जाएंगे ਇਸ ਲਈ ਤੁਸੀਂ ਸਤਲੂਜ ਆਨਲਾਈਨ ਕਲਾਸ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜੋ ਵੀ ਅਪਡੇਟ ਹੋ ਤੁਹਾਨੂੰ ਮਿਲ ਸਕੇ ਧੰਨਵਾਦ